अज मुख मंत्री भगवंत मान की धर्म पत्नी डॉक्टर गुरप्रीत कौर और उन्होंने भैन पटियाला के प्रसिद्ध काली माता मंदिर विच नरात्यां दे मौके दर्शन करने वास्ते पहुंचे, जिथे उन्होंने नरात्यां दे पवित्र दिनां विच महामाई दे दर्शन किए। उत्थे ही उन्होंने जिन्हां खिडारियों ने अपने खेड जीवन दे विच मल्ला मारिया उन्होंने साइकलां, हॉकी किटां, वॉलीबॉल किटां अते क्रिकेट किटां दे के सन्मानित किया। काली माता मंदिर नतमस्तक होने तो बाद मुख्यमंत्री परिवार गुरुद्वारा दुख निवारण साहिब नतमस्तक होने गया, जिथे गुरुद्वारा साहिब दे हेड ग्रंथी अते उत्थों दे एसजीपीसी प्रधान वल्लों उन्हां नूं सरोपा पा के सन्मानित किया गया। हाँ जी मैम, अज पटियाला दे प्राचीन काली माता मंदिर दर्शन करन आए। हाँ जी, अज माता दे दर्शन कीते ने जी, ते नवरात्रियां दे पावन त्यौहार ते मंदिर कमेटी वल्लों गरीब बच्चियां नूं साइकल दित्ते गए ने, स्पोर्ट्स किटां दित्तियां गईआं ने। बहुत ही वधिया उपराला जी, उत्थे हाजिर होए अज बहुत वधिया लग्या। महिला जिवें सशक्तिकरण नूं लै के भी वड्डा उपराला पंजाब, बहुत वधिया उपराला जी। ते जिहड़ियां कुड़ियां स्पोर्ट्स च, वॉलीबॉल च, हॉकी च अव्वल दर्जे ते आईआं ने, अज उहनां नूं किटां वंडियां गईआं ने। बहुत वधिया जी, बच्चियां दा हौसला होर वधदा ते अगे स्पोर्ट्स च होर अगे मेहनत करनगे, अगे होर वधणगीआं जी। बहुत वधिया लग्या जी, माता राणी के दर्शन किए ने। नवरात्रां दा जिहड़ा पावन त्यौहार है, तो सब तो वड्डी गल है जिहड़ी मंदिर कमेटी ने उपराला किया है लड़कियां नूं, जिहड़े स्पोर्ट्स विच लोड़वंद लड़कियां नूं, जिहड़ा तां कि उह अपना अगे अपने चाहे उह स्पोर्ट्स दे उहदे च होण, चाहे पढ़ाई दे खेत्र च होण, अगे वध सकण। ਤੁਸੀਂ ਖੁਦ ਟੀਚਰ ਰਹੇ ਹੋ, ਤੁਸੀਂ ਬੱਚਿਆਂ ਨਾਲ ਵਿਚਰਦੇ ਰਹੇ ਹੋ, ਲੱਗਦਾ ਵੀ ਜਿਸ ਤਰ੍ਹਾਂ ਹੁਣ ਬੱਚਿਆਂ ਦਾ ਅੱਜ ਮਾਣ ਸਨਮਾਨ ਮਿਲਿਆ, ਬੱਚੇ 'ਚ ਮਤਲਬ ਹੌਸਲਾ ਹੁੰਦਾ ਬੱਚੇ 'ਚ? ਬਹੁਤ ਬਹੁਤ ਇਸ ਚੀਜ਼ ਨਾਲ ਬਹੁਤ ਉਹਨਾਂ ਨੂੰ ਐਪਰੀਸ਼ੀਏਸ਼ਨ ਮਿਲਦੀ ਹੈਗੀ, ਕਿਉਂਕਿ ਕਈ ਲੋੜਵੰਦ ਪਰਿਵਾਰ ਹੁੰਦੇ ਨੇ ਜਿਹੜੇ ਨਹੀਂ ਦੇ ਸਕਦੇ, ਨਹੀਂ ਪ੍ਰੋਵਾਈਡ ਕਰਵਾ ਸਕਦੇ ਬੱਚਿਆਂ ਨੂੰ, ਤਾਂ ਇਹ ਬਹੁਤ ਵਧੀਆ ਉਪਰਾਲਾ ਹੈ ਮੰਦਿਰ ਕਮੇਟੀ ਵੱਲੋਂ। ਅਤੇ ਅੱਗੇ ਤੋਂ ਵੀ ਇਹੀ ਉਮੀਦ ਕਰਾਂਗੇ ਕਿ ਸੰਸਥਾਵਾਂ ਇੱਦਾਂ ਅੱਗੇ ਆਉਣ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ। ਹਾਂਜੀ ਮੈਮ, ਅੱਜ ਪਟਿਆਲਾ ਦੇ ਪ੍ਰਾਚੀਨ ਕਾਲੀ ਮਾਤਾ ਮੰਦਿਰ ਦਰਸ਼ਨ ਕਰਨ ਆਏ। ਹਾਂਜੀ, ਅੱਜ ਮਾਤਾ ਦੇ ਦਰਸ਼ਨ ਕੀਤੇ ਨੇ ਜੀ, ਅਤੇ ਨਵਰਾਤਰਿਆਂ ਦੇ ਪਾਵਨ ਤਿਉਹਾਰ 'ਤੇ ਮੰਦਿਰ ਕਮੇਟੀ ਵੱਲੋਂ ਗਰੀਬ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਨੇ, ਸਪੋਰਟਸ ਕਿੱਟਾਂ ਦਿੱਤੀਆਂ ਗਈਆਂ ਨੇ। ਬਹੁਤ ਹੀ ਵਧੀਆ ਉਪਰਾਲਾ ਜੀ, ਉੱਥੇ ਹਾਜ਼ਰ ਹੋਏ ਅੱਜ ਬਹੁਤ ਵਧੀਆ ਲੱਗਿਆ। ਮਹਿਲਾ ਜਿਵੇਂ ਸਸ਼ਕਤੀਕਰਨ ਨੂੰ ਲੈ ਕੇ ਵੀ ਵੱਡਾ ਉਪਰਾਲਾ ਪੰਜਾਬ, ਬਹੁਤ ਵਧੀਆ ਉਪਰਾਲਾ ਜੀ। ਅਤੇ ਜਿਹੜੀਆਂ ਕੁੜੀਆਂ ਸਪੋਰਟਸ 'ਚ, ਵਾਲੀਬਾਲ 'ਚ, ਹਾਕੀ 'ਚ ਅੱਵਲ ਦਰਜੇ 'ਤੇ ਆਈਆਂ ਨੇ, ਅੱਜ ਉਹਨਾਂ ਨੂੰ ਕਿੱਟਾਂ ਵੰਡੀਆਂ ਗਈਆਂ ਨੇ। ਬਹੁਤ ਵਧੀਆ ਜੀ, ਬੱਚਿਆਂ ਦਾ ਹੌਸਲਾ ਹੋਰ ਵੱਧਦਾ ਅਤੇ ਅੱਗੇ ਸਪੋਰਟਸ 'ਚ ਹੋਰ ਅੱਗੇ ਮਿਹਨਤ ਕਰਨਗੇ, ਅੱਗੇ ਹੋਰ ਵਧਣਗੀਆਂ ਜੀ। ਬਹੁਤ ਵਧੀਆ ਲੱਗਿਆ ਜੀ, ਮਾਤਾ ਰਾਣੀ ਦੇ ਦਰਸ਼ਨ ਕੀਤੇ ਨੇ। ਨਵਰਾਤਰਿਆਂ ਦਾ ਜਿਹੜਾ ਪਾਵਨ ਤਿਉਹਾਰ ਹੈ, ਅਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਮੰਦਿਰ ਕਮੇਟੀ ਨੇ ਉਪਰਾਲਾ ਕੀਤਾ ਹੈ ਲੜਕੀਆਂ ਨੂੰ, ਜਿਹੜੇ ਸਪੋਰਟਸ ਵਿੱਚ ਲੋੜਵੰਦ ਲੜਕੀਆਂ ਨੂੰ, ਜਿਹੜਾ ਤਾਂ ਕਿ ਉਹ ਆਪਣਾ ਅੱਗੇ ਆਪਣੇ ਚਾਹੇ ਉਹ ਸਪੋਰਟਸ ਦੇ ਉਹਦੇ 'ਚ ਹੋਣ, ਚਾਹੇ ਪੜ੍ਹਾਈ ਦੇ ਖੇਤਰ 'ਚ ਹੋਣ, ਅੱਗੇ ਵੱਧ ਸਕਣ। ਤੁਸੀਂ ਖੁਦ ਟੀਚਰ ਰਹੇ ਹੋ, ਤੁਸੀਂ ਬੱਚਿਆਂ ਨਾਲ ਵਿਚਰਦੇ ਰਹੇ ਹੋ, ਲੱਗਦਾ ਵੀ ਜਿਸ ਤਰ੍ਹਾਂ ਹੁਣ ਬੱਚਿਆਂ ਦਾ ਅੱਜ ਮਾਣ ਸਨਮਾਨ ਮਿਲਿਆ, ਬੱਚਿਆਂ 'ਚ ਮਤਲਬ ਹੌਸਲਾ ਹੁੰਦਾ ਬੱਚੇ 'ਚ? ਬਹੁਤ ਬਹੁਤ ਇਸ ਚੀਜ਼ ਨਾਲ ਬਹੁਤ ਉਹਨਾਂ ਨੂੰ ਐਪਰੀਸ਼ੀਏਸ਼ਨ ਮਿਲਦੀ ਹੈਗੀ, ਕਿਉਂਕਿ ਕਈ ਲੋੜਵੰਦ ਪਰਿਵਾਰ ਹੁੰਦੇ ਨੇ ਜਿਹੜੇ ਨਹੀਂ ਦੇ ਸਕਦੇ, ਨਹੀਂ ਪ੍ਰੋਵਾਈਡ ਕਰਵਾ ਸਕਦੇ ਬੱਚਿਆਂ ਨੂੰ, ਤਾਂ ਇਹ ਬਹੁਤ ਵਧੀਆ ਉਪਰਾਲਾ ਹੈ ਮੰਦਿਰ ਕਮੇਟੀ ਵੱਲੋਂ। ਅਤੇ ਅੱਗੇ ਤੋਂ ਵੀ ਇਹੀ ਉਮੀਦ ਕਰਾਂਗੇ ਕਿ ਸੰਸਥਾਵਾਂ ਇੱਦਾਂ ਅੱਗੇ ਆਉਣ ਅਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।